ਅਯੁੱਧਿਆ ਵਿੱਚ ਉਸਾਰੇ ਗਏ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਦੇਸ਼ ਅਤੇ ਦੁਨੀਆ ਦੇ ਰਾਮ ਭਗਤਾਂ ਸਮੇਤ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਲੀਵਾਲ ਦੇ ਰਾਮ ਭਗਤਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਮੰਦਰ ਦੀ ਉਸਾਰੀ ਤੋਂ ਪਹਿਲਾਂ ਜਦੋਂ ਉਹ ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਜਾਂਦੇ ਸਨ ਤਾਂ ਪੱਥਰਾਂ 'ਤੇ ਸ਼੍ਰੀ ਰਾਮ ਲਿਖ ਕੇ ਆਉਂਦੇ ਸਨ। ਹੁਣ ਜਦੋਂ ਮੰਦਰ ਬਣ ਗਿਆ ਏ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਏ। ਘਰ ਘਰ 'ਚ ਅਤੇ ਇੰਨੇ ਸਾਲਾਂ ਬਾਅਦ ਰਾਮ ਜੀ ਦਾ ਵਾਪਸ ਆਉਣਾ ਇਹ ਬਹੁਤ ਵੱਡੀ ਗੱਲ ਅਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗਿਆਵਤੀ ਸਮਝਦੇ ਹਾਂ ਕਿ ਸਾਡੇ ਵੀ ਕਦਮਾਂ 'ਚ ਇਹ ਰਾਮ ਦੂਤਾਂ ਦਾ ਆਉਣਾ ਸੀ ਅਤੇ ਅਸੀਂ ਬਹੁਤ ਹੀ ਖੁਸ਼ ਹਾਂ। ਕੁਛ ਸਮਾਂ ਪਹਿਲਾਂ ਮੇਰੇ ਘਰ ਰਾਮ ਦੂਤ ਲੈ ਕੇ ਆਏ ਆ, ਅਕਸ਼ਿਤ ਅਤੇ ਪੁਸ਼ਪ ਲੈ ਕੇ ਆਏ ਆ ਅਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਮਈ ਮਾਹੌਲ ਬਣਿਆ ਹੋਇਆ ਹੈ ਅਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ। ਸਾਡੇ ਰਾਮ ਜੀ ਦਾ ਪਹਿਲਾਂ ਉੱਥੇ ਕਿ ਸਿਰਫ ਨਕਸ਼ਾ ਰੱਖਿਆ ਦਾ ਸੀ ਜੀ ਅਤੇ ਉਹ ਨਕਸ਼ਾ ਹੀ ਦੇਖਿਆ ਅਤੇ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ ਰਾਮ ਰਾਮ ਪੱਥਰਾਂ 'ਤੇ ਲਿਖ ਰਹੇ ਸੀ ਸਾਰੇ ਭਗਤ ਅਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ ਰਾਮ ਰਾਮ ਦੇ ਅਤੇ ਅੱਜ ਉਹ ਤਿਆਰ ਹੋ ਗਿਆ। ਬਹੁਤ ਖੁਸ਼ੀ ਦੀ ਗੱਲ ਹੈ, ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ।